ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ। ਸੂਬੇ ਵਿੱਚ ਲਗਾਤਾਰ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਹੁਣ ਜਲੰਧਰ ਵਿੱਚ ਵੀ ਕੋਰੋਨਾ ਵਾਇਰਸ ਦੇ ਕਾਰਨ ਪਹਿਲੀ ਮੌਤ ਹੋ ਗਈ ਹੈ, ਜਿੱਥੇ ਦੇ ਕਾਂਗਰਸੀ ਆਗੂ ਦੀਪਕ ਸ਼ਰਮਾ ਦੇ ਪਿਤਾ ਪ੍ਰਵੀਨ ਕੁਮਾਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਪ੍ਰਵੀਨ ਕੁਮਾਰ ਦੀ ਬੀਤੇ ਦਿਨ ਹੀ ਕੋਰੋਨਾ ਵਾਇਰਸ ਦੀ ਰਿਪੋਰਟ ਆਈ ਸੀ, ਜਿਸ ਤੋਂ ਬਾਅਦ ਉਹ ਵੈਂਟੀਲੇਟਰ ਤੇ ਸੀ। ਇਲਾਜ ਦੌਰਾਨ ਅੱਜ ਸਵੇਰੇ ਤੜਕਸਾਰ ਉਸ ਦੀ ਮੌਤ ਹੋ ਗਈ। ਉਧਰ ਇਸ ਮੌਤ ਨਾਲ ਮਿੱਠਾਪੁਰ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਦੱਸ ਦਈਏ ਕਿ ਦੀਪਕ ਸ਼ਰਮਾ ਵਿਧਾਇਕ ਜੂਨੀਅਰ ਬਾਬਾ ਹੈਨਰੀ ਦੇ ਕਾਫੀ ਕਰੀਬੀ ਹਨ ਅਤੇ ਉਸਨੇ ਹੈਨਰੀ ਦੇ ਨਾਲ ਮਿਲ ਕੇ ਲੰਗਰ ਵੀ ਵੰਡਿਆ ਸੀ। ਬਿਲਕੁਲ, ਇਹ ਕੋਰੋਨਾ ਪੋਜ਼ਿਟਿਵ ਪੇਸ਼ੈਂਟ ਸਾਡੇ ਕੋਲ ਐਡਮਿਟਡ ਸੀਗਾ ਤੇ ਸੀਰੀਅਸ ਹੀ ਵੈਂਟੀਲੇਟਰ ਤੇ ਸੀ ਤੇ ਉਹ ਵੀ ਰਾਤੀ ਜਿਹੜੀ ਹੈ ਡੈਥ ਹੋਈ। ਮੈਮ, ਇਹ ਇਹਨਾਂ ਦੇ ਜਿਹੜੇ ਬੇਟੇ ਹੈਗੇ ਆ ਉਹ ਜਿੱਦਾਂ ਵਿਧਾਇਕ ਹੈਗੇ ਉਹਨਾਂ ਦੇ ਨਾਲ ਵੀ ਕਾਫੀ ਇਹਨਾਂ ਦਾ ਹੈਗਾ, ਉਹਨਾਂ ਨੂੰ ਵੀ ਜਿੱਦਾਂ ਕੱਲ੍ਹ ਜਦੋਂ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਆਪਣੇ ਆਪ ਨੂੰ ਸੈਲਫ ਕੁਆਰੰਟਾਈਨ ਕਰ ਲਿਆ। ਉਸ ਤੋਂ ਬਾਅਦ ਹੁਣ ਪ੍ਰਸ਼ਾਸਨ ਕੀ ਉਹਨਾਂ ਨੂੰ ਉਹ ਸਾਰਾ ਜਿਹੜਾ ਮਿੱਠਾ ਬਾਜ਼ਾਰ ਹੈਗਾ ਉਹ ਸਾਰਾ ਸੀਲ ਕਰ ਦਿੱਤਾ ਕੱਲ੍ਹ ਹੀ, ਜਦੋਂ ਹੀ ਪਤਾ ਲੱਗਿਆ ਕਿ ਇਹ ਪੇਸ਼ੈਂਟ ਦੀ ਰਿਪੋਰਟ ਆਈ ਹੈ ਪੋਜ਼ੀਟਿਵ ਦੀ, ਅਤੇ ਉਹ ਸਾਰਾ ਸੀਲ ਕਰਕੇ ਉਹਨਾਂ ਦੇ ਜਿਹੜੇ ਨੀਅਰ ਕੰਟੈਕਟ ਸੀਗੇ ਉਹ ਸਾਰੇ ਅਸੀਂ ਟਰੇਸ ਕਰਕੇ ਉਹਨਾਂ ਨੂੰ ਸਿਵਲ ਹਸਪਤਾਲ ਲਿਆ ਕੇ ਇੱਥੇ ਐਡਮਿਟ ਕਰ ਲਿਆ ਅਤੇ ਉਹਨਾਂ ਦੇ ਸਾਰਿਆਂ ਦੇ ਟੈਸਟ ਜਿਹੜੇ ਲੈ ਲਏ ਹੋਏ। ਅਤੇ ਵਿਧਾਇਕ ਜਿਹੜੇ ਹੈਗੇ ਉਹਨਾਂ ਦਾ ਨਹੀਂ, ਵਿਧਾਇਕ ਦਾ ਡਾਇਰੈਕਟ ਕੰਟੈਕਟ ਨਹੀਂ ਕੋਈ ਹੈਗਾ, ਇਹਨਾਂ ਦੇ ਬੇਟੇ ਦੇ ਨਾਲ ਉਹਨਾਂ ਦਾ ਸੰਬੰਧ ਸੀਗਾ। ਬੇਟੇ ਨਾਲ ਸੰਬੰਧ ਹੈ ਪਰ ਇਹ ਡਾਇਰੈਕਟ ਨਹੀਂ, ਇਨਡਾਇਰੈਕਟ ਕੰਟੈਕਟ ਉਹਨਾਂ ਨੂੰ ਪਹਿਲਾਂ ਡਾਇਰੈਕਟ ਕੰਟੈਕਟ ਨੂੰ ਅਸੀਂ ਕਰਾਂਗੇ ਅਤੇ ਕੁਆਰੰਟੀਨ ਤਾਂ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਜਿਹੜੇ ਵੀ ਉਹਨਾਂ ਦੇ ਕੰਟੈਕਟ 'ਚ ਆਏ ਆ ਉਹ ਸਾਰਿਆਂ ਨੂੰ ਅਸੀਂ ਐਡਵਾਈਸ ਕਰਦੇ ਹਾਂ ਵੀ ਉਹ ਕੁਆਰੰਟੀਨ ਕਰਨ ਆਪਣੇ ਆਪ ਨੂੰ, ਪਰ ਇਹ ਜਿਹੜੇ ਕਲੋਜ਼ ਕੰਟੈਕਟ ਸੀ ਕਿਉਂਕਿ ਉਹਨਾਂ ਦੇ ਘਰ ਦੇ ਇਹ ਬੰਦੇ ਸੀਗੇ, ਸੋ ਇਹਨਾਂ ਨੂੰ ਇਮੀਡੀਏਟਲੀ ਅਸੀਂ ਜਿਹੜਾ ਹੈਗਾ ਹਸਪੀਟਲ ਆਈਸੋਲੇਸ਼ਨ ਦੇ ਵਿੱਚ ਪਾ ਦਿੱਤਾ। ਜਾਣਕਾਰੀ ਅਨੁਸਾਰ ਬਾਬਾ ਹੈਨਰੀ ਤੇ ਅਵਤਾਰ ਹੈਨਰੀ ਵੀ ਅੱਜ ਹੋਮ ਕੁਆਰੰਟਾਈਨ ਹੋ ਸਕਦੇ ਹਨ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ।